सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। राजपुरा के लायंस क्लब में मुफ्त मेडिकल चेकअप कैंप का आयोजन क्लब के प्रधान श्री महिंदर अरोड़ा की देखरेख में किया गया, जिसकी शुरुआत मुख्य मेहमान के तौर पर लायंस क्लब में पहुंचे राजपुरा के विधायक सरदार हरदयाल सिंह कंबोज व विशेष मेहमान ब्लॉक कांग्रेस शहरी के प्रधान श्री नरेंद्र शास्त्री ने अपने कर कमलों से की। इस कैंप में राजपुरा सिविल अस्पताल से आई डॉक्टरों की टीम, जिसमें डॉक्टर जसप्रीत सिंह, डॉक्टर विशाल शर्मा, डॉक्टर राजीव गर्ग ने आए हुए मरीजों के कान, नाक, गले, हड्डियों व डिप्रेशन की मुफ्त जाँच की व इस मौके पर भारत मेडिकल राजपुरा की ओर से मरीजों को मुफ्त दवाइयां भी मौके पर ही दी गई। इस अवसर पर लायंस क्लब राजपुरा के प्रधान श्री महिंदर अरोड़ा जी द्वारा आए हुए मुख्य मेहमान सरदार हरदयाल सिंह कंबोज व ब्लॉक कांग्रेस प्रधान श्री नरेंद्र शास्त्री व अन्य गणमान्य लोगों का जहां इस कैंप में पहुंचने पर स्वागत किया गया, वहीं उनका इस कैंप में सहयोग देने पर धन्यवाद भी किया गया। इस मौके पर जहां लोगों को ब्लॉक कांग्रेस प्रधान श्री नरेंद्र शास्त्री की ओर से संबोधित किया गया, वहीं मुख्य मेहमान सरदार हरदयाल सिंह कंबोज जी ने पत्रकारों से बात करते हुए जहां लायंस क्लब द्वारा किए जा रहे समाज सेवा के कार्यों की प्रशंसा की, वहीं उन्होंने राजपुरा में मुख्यमंत्री कैप्टन अमरिंदर सिंह जी द्वारा हल्का राजपुरा में लगाए जा रहे नए प्रोजेक्टों व शहर में करवाए जा रहे विकास कार्यों के बारे में जानकारी देते हुए बताया कि अज बड़ी अच्छी गल है कि लायंस क्लब राजपुरा प्रधान साहब साढ़े महिंदर अरोड़ा जी उन्होंने पूरी टीम ने मेडिकल कैंप जो लवाया, जिहड़े नीडेड लोग ने उन्होंने जरूरत है, किसी नूं कन्नां दी मशीन दा है, किसी नूं अखां दा है, किसी नूं ਗੋਡਿਆਂ ਦੀ ਪ੍ਰੋਬਲਮ ਹੈ, ਸਾਡੇ ਇੱਥੋਂ ਹੀ ਸਾਡੇ ਬੱਚੇ ਹੈਗੇ ਆ ਡਾਕਟਰ ਸੇਤੀਆ ਜਿਹੜੇ ਗੋਡਿਆਂ ਦੇ ਬੜੇ ਮਾਹਰ ਨੇ ਅਤੇ ਔਰਥੋ ਦੇ ਬੜੇ ਮਾਹਰ ਨੇ, ਉਹਨਾਂ ਨੇ ਸਾਨੂੰ ਬੜੀ ਇਹਨਾਂ ਨੂੰ ਸਪੋਰਟ ਕੀਤੀ ਆ। ਸੋ ਮੈਨੂੰ ਬੜੀ ਖੁਸ਼ੀ ਦੀ ਗੱਲ ਆ, ਮੈਂ ਇਹਨਾਂ ਨੂੰ ਵਧਾਈ ਦਿੰਦਾ ਇਸ ਗੱਲ ਦੇ ਲਈ, ਇੱਕ ਸਮਾਜਿਕ ਕੰਮ ਦੇ ਲਈ ਇਹਨਾਂ ਨੇ ਜਿਹੜੀ ਬੜੀ ਵੱਡੀ ਸ਼ੁਰੂਆਤ ਕੀਤੀ ਆ। ਦੂਜਾ ਜਿਹੜਾ ਸਵਾਲ ਤੁਸੀਂ ਕੀਤਾ ਕਿ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੋ ਦਿਨ ਪਹਿਲਾਂ ਪਟਿਆਲਾ ਵਿਖੇ ਆਏ ਸੀਗੇ, ਪਹਿਲੀ ਵਾਰ ਚੀਫ ਮਿਨਿਸਟਰ ਬਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਫੰਕਸ਼ਨ ਰੱਖਿਆ, ਮੈਂ ਤਾਂ ਕੋਟ ਕੋਟ ਧੰਨਵਾਦ ਕਰਦਾ। ਮੇਰੇ ਸਿਰ 'ਤੇ ਤਾਂ ਉਹਨਾਂ ਦਾ ਐਡਾ ਵੱਡਾ ਪਹਿਲਾਂ ਹੀ ਹੱਥ ਹੈ। ਮੈਂ 20 ਸਾਲ ਤੋਂ ਪਾਰਟੀ ਦਾ ਪ੍ਰਧਾਨ ਹਾਂ, MLA ਮੈਨੂੰ ਬਣਾਇਆ, ਪਾਰਟੀ ਦਾ ਚੀਫ ਵੀਪ ਹਾਂ ਮੈਂ ਪੰਜਾਬ ਦਾ, ਅਤੇ ਮੈਂ ਜਿੰਨੀ ਗੱਲ ਉਹਨਾਂ ਨੂੰ ਕਹੀ ਸੀ ਉਹਦੇ ਨਾਲੋਂ ਵੀ ਵਧਾ ਤੀ ਉਹਨਾਂ ਨੇ। ਅਤੇ ਰਾਜਪੁਰਾ ਦੇ ਵਿੱਚ ਜਿਹੜਾ ਸਾਡਾ ਬਨੂੜ ਕੈਨਾਲ ਰੁਕਿਆ ਹੋਇਆ ਸੀ, ਮੇਰੇ ਲਗਭਗ 50-60 ਪਿੰਡਾਂ ਨੂੰ ਜਿੱਥੇ ਪਾਣੀ ਦੀ ਲੋੜ ਆ, ਉਹਦੇ ਲਈ 40 ਕਰੋੜ ਰੁਪਇਆ ਰੁਕੇ ਹੋਏ ਕੰਮ ਵਾਸਤੇ ਜਿਹੜਾ ਦੇ ਕੇ ਗਏ ਆ, ਮੈਂ ਬੜਾ ਧੰਨਵਾਦ ਕਰਨਾ ਮਾਨਯੋਗ CM ਸਾਹਿਬ ਦਾ। ਇਹ ਤੋਂ ਇਲਾਵਾ ਇੱਕ ਵਰਲਡ ਕਲਾਸ ਯੂਨੀਵਰਸਿਟੀ ਦਾ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਈਡੈਂਟੀਫਾਈ ਕਰੋ। ਕੱਲ੍ਹ ਹੀ ਮੇਰੇ ਨਾਲ DC ਪਟਿਆਲਾ, DC ਮੋਹਾਲੀ, ਸਾਰੇ ਡਿਵੈਲਪਮੈਂਟ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਆ ਉਹ ਜਾ ਰਹੇ ਆ, ਅਸੀਂ 3-4 ਜਿਹੜੀਆਂ ਸਾਈਟਸ ਅਸੀਂ ਉਹ ਦੇਖਣੀਆਂ ਹੈਗੀਆਂ, ਅਤੇ ਜਿਹੜੀ ਵੀ ਫਿਰ ਉਹਨਾਂ ਨੂੰ ਠੀਕ ਲੱਗੇਗੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਆਫਰ ਕਰਾਂਗੇ ਕਿ ਇੱਥੇ ਤੁਸੀਂ ਲਾ ਜਾਓ। ਇੱਕ ਬੜੀ ਵੱਡੀ ਅਨਾਊਂਸਮੈਂਟ ਮਾਨਯੋਗ ਚੀਫ ਮਿਨਿਸਟਰ ਸਾਹਿਬ ਕਹਿ ਕੇ ਗਏ ਆ, ਇੱਕ ਜਪਾਨ ਦੇ ਨਾਲ ਇਹਨਾਂ ਦੀ ਕੋਈ ਗੱਲਬਾਤ ਚੱਲੀ ਹੈ, ਸੰਧੀ ਹੋਈ ਹੈ, ਅਤੇ ਉਹ ਜਪਾਨੀ ਸਿਟੀ ਜਿਹੜੀ ਹੈ ਅਤੇ ਉਹ ਬਨੂੜ ਅਤੇ ਬਿਟਵੀਨ ਬਨੂੜ ਅਤੇ ਰਾਜਪੁਰਾ ਦੇ ਵਿੱਚ ਅਸੀਂ ਕੋਸ਼ਿਸ਼ ਆ ਕਿ ਉਹਦੇ ਵਿੱਚ ਇੱਥੇ ਸਾਡੇ ਆ ਜਾਏ। ਅਤੇ ਮੈਂ ਸੋਚਦਾ ਕਿ ਅਗਰ ਇਹ ਪ੍ਰੋਜੈਕਟ ਆ ਜਾਂਦੇ ਆ ਤਾਂ ਮੈਂ ਕਹਿ ਸਕਦਾ ਕਿ ਪੰਜਾਬ ਦਾ ਵਿੱਚੋਂ ਰਾਜਪੁਰੇ ਦਾ ਨਕਸ਼ਾ ਹੀ ਬਦਲ ਜਾਏਗਾ। ਜਿੱਥੇ ਸ਼ਹਿਰ ਦੀ ਗੱਲ ਆ ਉਹਨੇ ਡਿਵੈਲਪਮੈਂਟ ਦੀ, ਅਸੀਂ ਸ਼ੁਰੂਆਤ ਕੀਤੀ ਆ ਬਿਜਲੀ ਦੇ ਕੰਮਾਂ ਲਈ। 54 ਸਾਲ ਬਾਅਦ 20 MVA ਦਾ ਟ੍ਰਾਂਸਫਾਰਮਰ ਰਖਾਇਆ, ਬਿਜਲੀ ਦੀ ਕੋਈ ਪਹਿਲੀ ਦੀਵਾਲੀ ਨਿਕਲੀ ਆ ਜਿੱਥੇ ਕੋਈ ਕੱਟ ਨਹੀਂ ਲੱਗੇ ਹੈਗੇ। ਹੁਣ ਸ਼ੁਰੂ ਕਰਾਉਣ ਚੱਲਿਆ ਮੈਂ ਮੰਡੀ ਦੇ, ਅਨਾਜ ਮੰਡੀ ਦਾ, ਸਬਜ਼ੀ ਮੰਡੀ ਦੇ ਕੰਮਾਂ ਦੇ ਲਈ 4 ਕਰੋੜ ਰੁਪਏ ਦੇ ਕੰਮ ਮੈਂ ਇਸੇ ਮਹੀਨੇ ਦੇ ਐਂਡ 'ਚ ਸ਼ੁਰੂ ਕਰਾਉਣ ਚੱਲਿਆ ਹੈਗਾ, ਉਹ ਸ਼ੁਰੂ ਹੋਣਗੇ। ਸ਼ਹਿਰ ਨੂੰ ਸੀਵਰੇਜ ਕਲੀਨਿੰਗ ਮਸ਼ੀਨ ਜਦੀ ਮਿਊਂਸੀਪਲ ਕਮੇਟੀ ਬਣੀ ਸੀ ਹੈ ਨਹੀਂ ਸੀ, ਅਤੇ ਇਹ ਸੀਵਰੇਜ ਕਲੀਨਿੰਗ ਮਸ਼ੀਨ ਜਿਹੜੀ ਆ ਗਈ ਹੈ ਤੁਹਾਨੂੰ 11-12 ਤਰੀਕ ਨੂੰ ਇਸੇ ਮਹੀਨੇ ਦੇ ਵਿੱਚ ਉਹ ਮਿਲ ਰਹੇਗੀ ਜਿਹੜੀ ਸਾਡੀ ਸੀਵਰੇਜ ਦੀ ਪ੍ਰੋਬਲਮ ਆ। 1.5 ਕਰੋੜ ਰੁਪਇਆ ਸਾਡਾ ਜਿਹੜੀ ਸਾਡੀਆਂ ਕੁਛ ਕਲੋਨੀ 'ਚ ਗੰਦਾ ਪਾਣੀ ਜਿੱਥੇ ਮਿਕਸ ਹੋ ਪਿਆ ਰਹੇਗਾ ਉਹਨਾਂ ਲਈ ਮੈਂ ਅੱਜ ਹੀ 35 ਲੱਖ ਰੁਪਇਆ ਉਹਨਾਂ ਨੂੰ ਕਿਹਾ ਕਿ ਸੀਵਰੇਜ ਬੋਰਡ ਨੂੰ ਦਿਓ ਪਹਿਲੀ ਕਿਸ਼ਤ, ਅਤੇ ਨਾਲ ਦੀ ਨਾਲ ਉਹ ਕੰਮ 'ਚ ਸਾਡਾ ਕਰਦੇ ਰਹਿਣਗੇ ਹੋਰ। ਉਹ ਸਾਰੀਆਂ ਕਾਫੀ ਕਲੋਨੀਆਂ ਤੋਂ ਪੁਰਾਣੇ ਰਾਜਪੁਰੇ ਦਾ, ਕੁਸ਼ੇਦਰ ਵਿਕਾਸ ਕਲੋਨੀ ਦਾ, ਬਨਵਾੜੀ ਦਾ, ਜੱਟਾਂ ਵਾਲੇ ਮਹੱਲੇ ਦਾ, ਛੱਜੂ ਮਾਜਰੀ ਦਾ, ਹੋਰ ਵੀ ਨੇ ਕੁਛ, ਉਹਨਾਂ ਦਾ ਕਰਾਇਆ ਸੀਵਰੇਜ ਵਾਸਤੇ ਇੱਕ ਪੂਰੀ ਪਲਾਨ ਤਿਆਰ ਕਰੀ ਆ, ਜਿਹੜੇ ਸਾਡੇ ਇਲਾਕੇ ਆ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ, ਸੜਕਾਂ ਵਾਸਤੇ ਕਾਫੀ ਕੁਛ, ਮਤਲਬ ਕਿ ਹੈ ਜਿਹੜਾ ਬਨੂੜ ਦੇ ਲਈ ਜਿਹੜਾ ਹੈ। ਮੈਂ ਇਸੀ 15-20 ਦਿਨ ਤੋਂ ਬਾਅਦ ਜਿੱਦਾਂ ਰਾਜਪੁਰੇ ਮੈਂ ਕਰਾਇਆ, ਅਤੇ ਇੱਦਾਂ ਹੀ ਬਨੂੜ ਦੇ ਵਿੱਚ 3 ਕਰੋੜ ਰੁਪਇਆ ਟੋਟਲ ਸਾਰੇ ਸ਼ਹਿਰ ਦੀ ਮਤਲਬ ਕਿ ਜਿਹੜਾ ਹੈ APDRP ਦੇ ਰਾਹੀਂ ਜਿਹੜਾ ਟੋਟਲ ਮੈਂ ਕੰਮ ਆ ਜਿਹੜਾ ਉਹ ਕਰਾ ਰਿਹਾ ਬਨੂੜ ਦੇ ਡਿਵੈਲਪਮੈਂਟ ਦੇ ਕੰਮ। ਪਿੰਡਾਂ ਵਾਸਤੇ ਹੁਣੇ ਹੀ ਮੈਂ 8 ਕਰੋੜ ਰੁਪਏ ਲੈ ਕੇ ਆਇਆ,
55 ਪਿੰਡਾਂ ਨੂੰ ਕਿਤੇ 15 ਲੱਖ ਕਿਤੇ 10 ਲੱਖ ਰੁਪਏ ਜਿਹੜਾ ਉਹ ਦਿੱਤਾ ਤੇ ਬਹੁਤ ਮਤਲਬ ਕਿ ਤਰੀਕੇ ਦੇ ਨਾਲ ਲੱਗਿਆ ਹੋਇਆ। ਮੇਰਾ ਇਹ ਕੰਮ ਨਹੀਂ ਹੈ ਕਿ ਅੱਗਾ ਦੌੜ ਪਿੱਛਾ ਚੌੜ, ਮੈਂ ਕੰਮ ਕਰਨੇ ਆ ਕਿ ਜਿਹੜਾ ਘੱਟੋ ਘੱਟ 15-20 ਸਾਲ ਸਾਨੂੰ ਜ਼ਰੂਰ ਨਾ ਪਵੇ। ਇਹ ਨਹੀਂ ਹੈ ਕਿ ਰਾਤ ਨੂੰ ਸੜਕ ਬਣ ਰਹੀ ਹੈ ਸਵੇਰੇ ਝਾੜੂ ਨਾਲ ਸਾਫ਼ ਕਰ ਰਹੇ ਤੁਸੀਂ, ਨਹੀਂ, ਜਿਹੜੀ ਬਣੇਗੀ ਜਦ ਤੱਕ ਉਹਦੀ ਲਾਈਫ ਪੂਰੀ ਦੀ ਪੂਰੀ ਹੋਏਗੀ, ਨਹੀਂ ਚਾਹੇ ਠੇਕੇਦਾਰ ਨਹੀਂ ਆਏਗਾ ਤਾਂ ਮਿਊਂਸਪਲ ਕਮੇਟੀ ਆਪਣੇ ਮਤਲਬ ਕਹਿ ਲਓ ਨਾਲ ਕਰਾਏਗੀ, ਪਰ ਕੰਮ ਨਾਲ ਅਸੀਂ ਕੋਈ ਸਮਝੌਤਾ ਕੰਮ ਏ ਕਲਾਸ ਮੈਂ ਲੈਣਾ ਹੈਗਾ। ਕਰਪਸ਼ਨ ਦੀ ਜਿੱਥੇ ਤੱਕ ਗੱਲ ਹੈਗੀ ਆ ਅਤੇ ਕਰਪਸ਼ਨ ਨੂੰ ਮੈਂ ਪਹਿਲਾਂ ਪੂਰੇ ਸ਼ਹਿਰ ਨਿਵਾਸੀਆਂ ਨਾਲ ਇੱਕ ਪ੍ਰੋਮਿਸ ਕਰਿਆ ਸੀਗਾ ਕਿ ਮੈਂ ਕਰਪਸ਼ਨ ਦਾ ਬੀਜ ਨਾਸ਼ ਕਰ ਦਿਆਂਗਾ। ਮੈਂ ਇੰਨਾ ਕੁ ਕਹਿ ਸਕਦਾ ਮੈਂ 50% ਤੋਂ ਥੱਲੇ ਮੈਂ ਕਰਪਸ਼ਨ ਨੂੰ ਲਿਆ ਕਿ ਪਹਿਲੀ ਦੀਵਾਲੀ ਨਿਕਲ ਕੇ ਗਈ ਆ, ਵਪਾਰੀ ਵਰਗ ਦੇ ਇੱਥੇ ਮੇਰੇ ਸਾਡੇ ਪ੍ਰਧਾਨ ਸਾਹਿਬ ਸਾਰੇ ਬੈਠੇ ਆ ਅਤੇ ਉਹਨਾਂ ਨੇ ਪਹਿਲੀ ਵਾਰੀ ਮਤਲਬ ਕਿ ਹੋਇਆ 10 ਸਾਲ 'ਚ ਉਹ ਕਹਿੰਦੇ ਕਿ ਕੋਈ ਮਹਿਕਮੇ ਦੇ ਅਧਿਕਾਰੀ ਨੇ ਕਿਸੇ ਵਪਾਰੀ ਨੂੰ ਤੰਗ ਨਹੀਂ ਕੀਤਾ, ਕੋਈ ਪੁਲਿਸ ਵਾਲਿਆਂ ਨੇ ਨਹੀਂ ਤੰਗ ਕੀਤਾ। ਔਰ ਮੇਰਾ ਥੈਂਕਸ ਕਰਕੇ ਗਏ ਆ, ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਉਸ ਗੱਲ 'ਤੇ ਖੜਾ, ਔਰ ਅਸੀਂ ਲੱਗੇ ਹੋਏ ਹਾਂ। ਮੋਹ ਸਾਹਿਬ, ਇੱਕ ਨਗਰ ਕੌਂਸਲ ਦੇ ਪ੍ਰਧਾਨ ਪਦ ਸੀਟ ਖਾਲੀ ਹੈਗੀ, ਉਹ ਕਦ ਤੱਕ ਨਗਰ ਕੌਂਸਲ ਨੂੰ ਪ੍ਰਧਾਨ ਦੋਗੇ ਤਾਂ ਹੀ ਸ਼ਹਿਰ ਦੇ ਵਿਕਾਸ ਹੋਣਗੇ? ਨਗਰ ਕੌਂਸਲ ਦਾ ਪ੍ਰਧਾਨ ਤੁਹਾਨੂੰ ਪਤਾ ਹੀ ਹੈ, ਦੇ ਹੀ ਰਿਹਾ ਮੈਂ, ਕਿਹਨੂੰ ਦੇ ਰਿਹਾ ਉਹ ਵੀ ਤੁਹਾਨੂੰ ਪਤਾ ਹੀ ਹੈ। ਨਹੀਂ, ਕਦ ਤੱਕ ਬਿਠਾ ਦੋਗੇ ਸਰ ਸੀਟ 'ਤੇ? ਬਣ ਜਾਏਗਾ ਜਲਦੀ, ਮੇਰਾ ਖਿਆਲ ਉਹ ਬਾਈ ਇਲੈਕਸ਼ਨ ਜਿਹੜੀ ਹੈਗੀ ਆ ਸਾਡੀ ਹੋ ਜਾਣੀ ਹੈ ਇੱਕ ਵਾਰਡ ਦੀ, ਉਹਦੇ ਵਿੱਚੋਂ ਅਸੀਂ ਜਿਹੜਾ ਵੀ ਕਾਂਗਰਸ ਪਾਰਟੀ ਦਾ ਸਾਡਾ ਉਮੀਦਵਾਰ ਆ ਰਿਹਾ ਉਹਨੂੰ ਚੋਣਾਂ ਕਰਾ ਲਈਏ, ਉਹ ਤੋਂ ਬਾਅਦ ਸੁਣਾ ਦਿਆਂਗੇ। ਮੋਹ ਸਾਹਿਬ, ਹਸਪਤਾਲ ਦੇ ਕੰਮ ਤਾਂ ਵਧੀਆ ਹੋ ਰਹੇ ਹਨ ਪਰ ਰਾਤ ਨੂੰ ਉੱਥੇ ਏਜੰਟਾਂ ਦਾ ਕਬਜ਼ਾ ਹੁੰਦਾ ਹੈ, ਜਿਹੜੇ ਏਜੰਟ ਆਉਂਦੇ ਆ ਨਾ ਉਹਦੇ ਸੈਂਪਲ ਲੈਂਦੇ ਆ, ਉਹਨਾਂ ਨੂੰ ਦਵਾਈਆਂ ਦੇ ਰਹੇ ਹੁੰਦੇ ਆ। ਫਿਰ ਮੈਂ ਇਸੇ ਨਾਲ ਗੱਲ ਕੀਤੀ, ਉਹਨੇ ਚਿੱਠੀ ਕੱਢੀ ਮੇਰੇ ਕੋਲ ਭੇਜਿਆ ਵੀ ਅਸੀਂ ਉਹਨਾਂ ਨੂੰ ਰੋਕਤਾ ਵੀ ਰਾਤ ਨੂੰ ਏਜੰਟ ਨਾ ਆਇਆ ਕਰਨ। ਬੜੀ ਅੱਛੀ ਗੱਲ ਆ, ਤੁਸੀਂ ਵੀ ਪਹਿਰਾ ਦਿਆ ਕਰੋ, ਮੈਨੂੰ ਤਾਂ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ, ਜਿੱਥੇ ਵੀ ਕਿਤੇ ਗਲਤ ਕੰਮ ਆਉਂਦਾ ਮੈਂ ਤਾਂ ਮੈਨੂੰ ਆਲਰੇਡੀ ਤੁਹਾਡੀ ਬੜੀ ਸਪੋਰਟ ਮਿਲ ਰਹੀ ਹੈ, ਪਰ ਤੁਸੀਂ ਜਦੋਂ ਮੈਨੂੰ ਦੱਸੋ ਕਿਤੇ ਵੀ ਆ ਕੇ ਕੋਈ ਦੱਸਦਾ ਮੈਂ ਉਹਦੇ ਵਿੱਚ ਪਿੱਛੇ ਲੱਗ ਜਾਣਾ ਉਹਨੂੰ ਠੀਕ ਕਰਨ ਦੇ ਲਈ। ਹੁਣ ਪਹਿਲੀਆਂ ਵਾਲੀਆਂ ਗੱਲਾਂ ਕਹੀਆਂ ਮੈਂ, ਇਹਨਾਂ ਨੂੰ ਵੀ ਕਿਹਾ ਅਧਿਕਾਰੀਆਂ ਨੂੰ ਵੀ ਬਦਲ ਲਓ, ਤੁਸੀਂ ਇਹ ਸੋਚੋ ਕਿ ਇਹ ਬੰਦਾ ਕੀ ਚਾਹੁੰਦਾ ਹੈਗਾ। ਮੈਂ ਆਪਣਾ ਬਾਕੀ ਜਿੰਨੀ ਜ਼ਿੰਮੇਵਾਰੀ ਜਿਸ ਬੰਦੇ ਨੂੰ ਮਿਲਦੀ ਹੈ ਉਹਨੇ ਕਰਨਾ, ਮੈਨੂੰ ਰਾਜਪੁਰੇ ਦੀ ਜ਼ਿੰਮੇਵਾਰੀ ਤੁਸੀਂ ਦਿੱਤੀ ਆ, ਮੈਂ ਰਾਜਪੁਰੇ 'ਚ ਕਿਤੇ ਧੱਕਾ ਨਹੀਂ ਹੁੰਦਾ ਹੈਗਾ, ਕਿਤੇ ਵੀ ਗੜਬੜ ਨਹੀਂ ਹੁੰਦਾ ਹੈਗਾ ਜਿਹੜੀ ਗੱਲ ਮੇਰੇ ਨੋਟਿਸ 'ਚ ਆ ਜਾਏਗੀ। ਕਮੋਹ ਸਾਹਿਬ, 2 ਘੰਟੇ ਜਿਹੜੀ ਸਸਤੀ ਦਵਾਈਆਂ ਦੀ ਦੁਕਾਨ 'ਤੇ ਬੈਠ ਕੇ ਆਏ ਜੀ ਸੀ, ਉੱਥੇ ਹੁਣ ਵੀ ਕੁਛ ਡਾਕਟਰ ਇਹੋ ਜਿਹੇ ਹੈਗੇ ਸਿਵਲ ਹਸਪਤਾਲ ਵਿੱਚ ਜਿਹੜੇ ਦਵਾਈ ਉਹ ਲਿਖ ਕੇ ਦੇ ਰਹੇ ਜਿਹੜੀ ਬਾਹਰੋਂ ਹੀ ਮਿਲਦੀ ਹੈ, ਉਹ ਵੀ ਬਹੁਤ ਪਰੇਸ਼ਾਨ ਹੈ। ਜਦੋਂ ਕਿਸੇ ਨੂੰ ਸਮਝਾਉਂਦੇ ਆ ਵੀ ਇਸ ਦੇ ਇਹ ਵਾਲੀ ਦਵਾਈ ਉਰੇ ਮਿਲੇਗੀ, ਸਾਲਟ ਇੱਕੋ ਹੀ ਹੈ, ਉਹ ਮਰੀਜ਼ ਕਹਿੰਦਾ ਨਹੀਂ ਇਹ ਨਹੀਂ ਲੈਣੀ, ਲੇਕਿਨ ਡਾਕਟਰ ਨੂੰ ਚਾਹੀਦਾ ਵੀ ਜਿਹੜੀ ਦਵਾਈ ਸਾਲਟ ਉਹ ਲਿਖ ਕੇ ਦੇ ਰਹੇ ਬਾਹਰ ਉਹ ਅੰਦਰ ਵਾਲੀ ਲਿਖ ਕੇ ਦੇਣ, ਵੀ ਅੰਦਰੋਂ ਮਿਲਣ, ਉਹ ਜਾਣ ਕੇ ਬਾਹਰ ਲਿਖ ਕੇ ਦੇ ਰਹੇ ਹੋਣਗੇ। ਆਪਾਂ ਬੈਠ ਕੇ ਗੱਲ ਉਹਨਾਂ ਨਾਲ ਕਰ ਲੈਂਦੇ ਹਾਂ, ਜੇ ਨਹੀਂ ਹੋਏਗਾ ਫਿਰ ਮੇਰੇ ਕੋਲ ਬੜੇ ਤਰੀਕੇ। ਇੱਕ ਦੋ ਡਾਕਟਰਾਂ ਦੀ ਸ਼ਿਕਾਇਤ ਵੀ ਹੈਗੀ ਡਾਕਟਰ, ਤੁਹਾਨੂੰ ਦੱਸਾਂ ਜਿਹੜਿਆਂ ਦੀ ਖਾਸੀ ਜ਼ਿਆਦਾ ਸੀ ਉਹ ਚੱਕਦੇ ਆ, ਜਿਹੜੇ ਹੈਗੇ ਉਹਨਾਂ ਨੂੰ ਇੱਕ ਵਾਰੀ ਸਮਝਾਵਾਂਗੇ, ਨਹੀਂ ਸਮਝਣਗੇ ਫਿਰ ਬਟਾਲਾ ਤਾਂ ਨੇੜੇ ਨਹੀਂ ਹੈਗਾ। ਠੀਕ ਹੈ, ਧੰਨਵਾਦ ਜੀ। ਬਹੁਤ ਵੀ ਕੁਸ਼ਚਨ, ਇਹ ਕੁਛ ਪਾਰਸ਼ਦਾਂ ਨੇ ਨਾ ਆਪਣੇ ਮਤਲਬ ਘਰ ਦੇ ਬਾਹਰ 10-10 ਫੁੱਟ ਜਗ੍ਹਾ ਕਬਜ਼ਾ ਕੀਤਾ ਹੋਇਆ, ਅਤੇ ਮਤਲਬ ਇਸ ਇਹਨਾਂ ਦੇ ਉੱਪਰ ਵੀ ਕੋਈ ਕਾਰਵਾਈ? ਮੈਂ ਤੁਸੀਂ ਗੱਲ ਇਹ ਹੈਗੀ ਆ, ਜੇ ਕਿਤੇ ਲੱਗਦਾ ਤੁਹਾਨੂੰ ਜ਼ਿਆਦਾ ਹੀ ਤਾਂ ਦੱਸੋ, ਨਹੀਂ ਆਪਾਂ ਕਰ ਦਾਂਗੇ। ਪਰ ਚੱਕਰ ਇਹ ਹੈ ਨਾ, ਫਿਰ ਕੀ ਤੁਸੀਂ ਆ ਕੇ ਰੋਕ ਕੇ ਕਹਿਣ ਲੱਗ ਜਾਂਦੇ, ਪਤਾ ਨਹੀਂ ਸਾਨੂੰ ਜ਼ਬਰਦਸਤੀ ਕਰਦੇ ਜੀ, ਧੱਕੇ ਕਰਦੇ ਆ, ਅਤੇ ਹੋਏ ਵੀ ਨਹੀਂ ਨਹੀਂ ਸੜਕਾਂ ਦੇ ਉੱਪਰ ਹੀ ਕਬਜ਼ਾ ਆਪ ਹੀ ਚਾਹੀਦਾ ਹੈਗਾ, ਆਪ ਹੀ ਚਾਹੀਦਾ ਹੈਗਾ ਉਹਨਾਂ ਨੂੰ। ਇਸ ਮੌਕੇ ਪਰ ਕਲੱਬ ਕੀ ਔਰ ਸੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ, ਬਲਾਕ ਕਾਂਗਰਸ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ, ਆਏ ਹੋਏ ਸਿਵਲ ਹਸਪਤਾਲ ਕੇ ਡਾਕਟਰ ਜਸਪ੍ਰੀਤ ਸਿੰਘ, ਡਾਕਟਰ ਵਿਸ਼ਾਲ ਸ਼ਰਮਾ, ਡਾਕਟਰ ਰਜਿੰਦਰ ਗਰਗ ਸਹਿਤ ਕਈ ਗਣਮਾਨੇ ਲੋਕੋ ਕੋ ਸਮਾਨ ਚਿੰਨ੍ਹ ਦੇ ਕਰ ਸਮਾਨਿਤ ਵੀ ਕੀਆ ਗਿਆ। ਰਾਜਪੁਰਾ ਸੇ ਕੈਮਰਾਮੈਨ ਲਲਿਤ ਕੁਮਾਰ ਕੇ ਸਾਥ ਮੀਡੀਆ ਪਰਸਨ ਦਿਨੇਸ਼ ਸਚਦੇਵਾ, ਨਿਊਜ਼ 89। ਸਬਸਕ੍ਰਾਈਬ ਕਰੇ ਨਿਊਜ਼ 89 ਚੈਨਲ ਕੋ ਔਰ ਬੈਲ ਆਇਕਨ ਦਬਾਨਾ ਨਾ ਭੁਲੇ, ਸਬਸੇ ਤੇਜ਼ ਸਬਸੇ ਪਹਿਲੇ ਖਬਰੇ ਦੇਖਣੇ ਕੇ ਲੀਏ ਧੰਨਵਾਦ।